بسم اللہ الرحمن الرحیم السلام علیکم یوٹیوب چینل اور فیس بک پیج جھنگ رنگ ٹو میں انسر خان بلوچ ہاں اس ٹائم اسی جناب فیصل آباد دے وچ موجود ہیں وائے جی فیچر ایک کمپنی ہے جڑی کہ الیکٹرک بائکس بناندی ہے الیکٹرک رکشے بناندی ہے اج اسی اس فیکٹری دے وچ موجود ہیں اور اس ٹائم ساڑے نال موجود ہیں محترم جناب انور صاحب ہیں جی کنٹری مینیجر ہیں اس فیکٹری دے ਉਨ੍ਹਾਂ ਨਾਲ ਗੱਲਬਾਤ ਕਰਦੇ ਆਂ ਅਨਵਰ ਸਾਹਿਬ ਅੱਜ ਅਸੀਂ ਤੁਹਾਡੀ ਫੈਕਟਰੀ 'ਚ ਆਇਆ ਹਾਂ ਤੁਹਾਡੀ ਫੈਕਟਰੀ ਦਾ ਸਾਰਾ ਅਸੀਂ ਵਿਜ਼ਿਟ ਕੀਤਾ ਹੈ ਮਹਤਮ ਜਨਾਬ ਜ਼ਫਰ ਇਕਬਾਲ ਬਾਜਵਾ ਸਾਹਿਬ ਜਿਹੜੇ ਕਿ ਬਹੁਤ ਜ਼ਬਰਦਸਤ ਬਿਜ਼ਨਸਮੈਨ ਨੇ ਗੜਮੋਟੋਂ ਆਏ ਨੇ ਤੁਹਾਡੇ ਕੋਲੋਂ ਸਰ مختلف ਇਲੈਕਟ੍ਰਿਕ ਬਾਈਕਸ ਅਸੀਂ ਵੇਖੀਆਂ مختلف ਕਲਰ ਅਜ਼ਰ مختلف ਸ਼ੇਪਸ ਦੇ ਵਿੱਚ ਸਭ ਤੋਂ ਪਹਿਲੇ ਤੇ ਸਾਰਾ ਇਹ ਦੱਸੋ ਕਿ ਤੁਹਾਡੀ ਜਿਹੜੀ ਫੈਕਟਰੀ ਹੈ ਸਰ ਕਿਹੜੀ ਕਿਹੜੀ ਇਲੈਕਟ੍ਰਿਕ ਬਾਈਕਸ ਹਨ ਜਿਹੜੀ ਤੁਸੀਂ ਬਣਾ ਰਹੇ ਹੋ ਜੀ ਬismillahirrahmanirrahim ਅਨਸਰ ਸਾਹਿਬ ਸਭ ਤੋਂ ਪਹਿਲੇ ਤੁਹਾਡਾ ਆਉਣ ਦਾ ਜ਼ਫਰ ਸਾਹਿਬ ਦੇ ਆਉਣ ਦਾ ਬਹੁਤ ਸ਼ੁਕਰੀਆ ਹੈ। ਧੀਰੋਂ ਤਸ਼ਕੀਰ ਲਈ ਆਏ ਤੁਸੀਂ। ਸਾਡੇ ਅ ਇਸ ਵੇਲੇ 6 ਵੈਰੀਐਂਟ ਆ ਸਾਡੇ ਕੋਲ 450 ਤੋਂ ਲੈ ਕੇ 1500 1200 ਵਾਟ ਤੱਕ ਸਾਡੇ ਕੋਲ ਮੋਟਰਾਂ ਦੀ ਰੇਂਜ ਮੌਜੂਦ ਆ। 90000 ਤੋਂ ਲੈ ਕੇ 199000 ਤੱਕ ਇਹਦੀ ਰੇਂਜ ਆ। ਔਰ ਅਲਹਮਦੁਲਿਲਾ ਸਾਡਾ ਸਟਾਕ ਤੁਸੀਂ ਆਲਰੇਡੀ ਦੇਖ ਚੁੱਕੇ ਹੋ। ਸਾਡਾ ਸਟਾਕ ਪਾਕਿਸਤਾਨ ਦੀ ਬੜੀਆਂ ਫੈਕਟਰੀਆਂ ਦੇ ਵਿੱਚ ਸਾਡਾ ਨੰਬਰ 1 ਦੇ ਵਿੱਚ ਸਾਡਾ شمار ਹੁੰਦਾ ਤੇ ਬਾਕਾਇਆ ਜਿਹੜੀ ਚੀਜ਼ ਜਿਹੜੇ ਕਸਟਮਰ ਨੂੰ ਚੀਜ਼ ਚਾਹੀਦੀ ਹੋਵੇਗਾ ਸਾਡੇ ਆਣ ਦਾ ਆਣ ਵਾਲਾ ਫਿਊਚਰ ਦੇ ਵਿੱਚ ਰਿਕਸ਼ਾ ਔਰ ਸਾਡੀ ਇਲੈਕਟ੍ਰਿਕ ਕਾਰ ਵੀ ਸ਼ਾਮਿਲ ਹੈ ਔਰ ਇਨਸ਼ਾਅੱਲਾ ਜਲ ਦਨ ਕਰੀਬ ਇਹ ਵੀ ਤੁਹਾਨੂੰ ਖੁਸ਼ਖਬਰੀ ਸੁਣਾਵਾਂਗੇ ਇਹ ਸਰ ਜਿਹੜੀਆਂ ਬਾਈਕਸ ਨੇ ਇਹਨਾਂ ਦੀ ਰੇਂਜ ਕਿੱਥੋਂ ਸ਼ੁਰੂ ਹੁੰਦੀ ਹੈ ਔਰ ਐਂਡ ਕਿੱਥੇ ਜਾਂ ਇਹ ਨਾਰਮਲੀ ਇਕਨੋਮੀ ਸਪੀਡ ਦੇ ਉੱਤੇ ਦੀ ਤੋਂ 5 ਕਿਲੋਮੀਟਰ ਛੋਟੀ ਤੋਂ ਬੱਚੇ ਬੱਚਿਆਂ ਲਈ ਜਿਹੜੇ ਸਾਈਕਲ ਆ ਉਹ ਸਟਾਰਟ ਹੁੰਦੀ ਆ ਤੇ 110 ਤੋਂ ਲੈ ਕੇ 120 ਉਹਨਾਂ ਦੀ ਰੇਂਜ ਆ ਬੜੀ ਜਿਹੜੀ ਸਾਡੀ ਕਰੂਜ਼ ਮਾਡਲ ਆ ਜੇ ਇੱਕ ਦਫਾ ਤੁਸੀਂ ਚਾਰਜ ਕਰੋਗੇ ਤੇ 110 ਕਿਲੋਮੀਟਰ 120 ਕਿਲੋਮੀਟਰ ਜੀ ਬਿਲਕੁਲ 110 ਤੋਂ 120 ਕਿਲੋਮੀਟਰ ਅੱਛਾ ਸਰ ਇਸ ਜਿਹੜੀ ਪ੍ਰਾਈਸ ਹੈ ਉਹ ਸਟਾਰਟ ਕਿੱਥੋਂ ਹੁੰਦੀ ਆ ਔਰ ਐਂਡ ਕਿੱਥੋਂ ਹੁੰਦੀ ਸਾਡੀ ਸਟਾਰਟ 90000 ਤੋਂ ਸਟਾਰਟ ਹੁੰਦੀ ਆ ਛੋਟੀ ਜਿਹੜੀ ਹੈ ਜੀ ਸਭ ਤੋਂ ਛੋਟਾ ਸਾਈਜ਼ ਜਿਹੜਾ ਇੰਡਸ ਮਾਡਲ ਕਹਿੰਦਾ ਔਰ ਸਭ ਤੋਂ ਹਾਈएस्ट ਸਾਡੀ ਰੇਂਜ 199 ਹੈ 크루즈 ਮਾਡਲ ਦੇ ਯਾਨੀ 100 199 199 yes ਠੀਕ ਹੈ ਅੱਛਾ ਸਰ ਇਹ ਦੱਸੋ ਕਿ ਸਪੋਜ਼ ਕਰੋ ਜਿਸ ਤਰ੍ਹਾਂ ਬਾਜਵਾ ਸਾਹਿਬ ਤੁਹਾਡੇ ਡੀਲਰ ਨੇ ਕੋਈ ਸਾਡੀ ਵੀਡੀਓ ਵੇਖ ਰਿਹਾ ਔਰ ਉਹ ਇਹ ਖਾਹਿਸ਼ ਕਰਦਾ ਹੈ ਕਿ ਉਹ ਤੁਹਾਡੀ ਡੀਲਰਸ਼ਿਪ ਲੈ ਲਵੇ ਔਰ ਇਸ ਤਰ੍ਹਾਂ ਉਸ ਦਾ ਕੀ ਪ੍ਰੋਸੈਸ ਹੈ ਡিলারਸ਼ਿਪ ਲੈਣ ਲਈ ਸਾਡਾ ਕੋਈ ਲੰਬਾ ਚੌੜਾ ਕ੍ਰਾਈਟੇਰੀਆ ਅਸੀਂ ਕਹੀਏ ਕਿ ਐਨੇ ਕਰੋੜ ਰੁਪਇਆ ਲਿਆਓ ਜਾਂ ਇੰਨੀ ਚੀਜ਼ ਲਿਆਓ ਇੱਕ ਅੱਛਾ ਸ਼ੋਰੂਮ ਹੋਣਾ ਚਾਹੀਦਾ ਸੇਲ ਕਰਨੀ ਹੈ ਉਹਨਾਂ ਨੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਜਿੰਨੀ ਕੋ ਕੁਆਂਟੀਟੀ ਮੁਨਾਸਿਬ ਸਮਝਣਗੇ ਅਸੀਂ ਉਹਨਾਂ ਨੂੰ ਕੁਆਂਟੀਟੀ ਦਵਾਂਗੇ ਔਰ ਉਹਨਾਂ ਦੇ ਡੋਰ ਸਟੈਪ ਤੱਕ ਦਵਾਂਗੇ ਅੱਛਾ ਸਰ ਇੱਕ ਬੰਦਾ ਹੈ ਉਹ ਉਸਤੇ ਏਰੀਆਜ਼ ਦੇ ਵਿੱਚ ਉਸਤੇ ਉਸਤੇ ਰੇਂਜ ਹੈ ਕੋਈ ਅਸਾ ਸ਼ੋਰੂਮ ਨਹੀਂ ਜਿੱਥੇ ਉਹਨੂੰ ਇਲੈਕਟ੍ਰਿਕ ਬਾਈਕ ਮਿਲ ਜਾਵੇ ਲੇਕਿਨ ਉਹ ਖਾਹਿਸ਼ ਕਰਦਾ ਹੈ ਕਿ ਮੈਂ ਇਲੈਕਟ੍ਰਿਕ ਬਾਈਕ ਲਵਾਵਾਂ ਕੀ ਫੈਕਟਰੀ ਡਿਲੀਵਰੀ ਤੁਸੀਂ ਕਰ ਕਰਦੇ ਹੋ ਜੀ ਬਿਲਕੁਲ ਅਸੀਂ ਐਂਡ ਕੰਜ਼ਿਊਮਰ ਤੱਕ ਅਸੀਂ ਡਿਲੀਵਰੀ ਦਿੰਨੇ ਆ ਕੋਈ ਕਸਟਮਰ ਆਂਦਾ ਸਾਡੇ ਡੀਲਰ ਦੇ ਥਰੂ ਆਵੇ ਜਾਂ ਸਾਡੇ ਕੋਲ ਡਾਇਰੈਕਟ ਆਵੇ ਉਹ ਸਾਡੇ ਕੋਲ ਜਿਹੜਾ ਵੀ ਆਰਡਰ ਦਿੰਦਾ ਜਿਹੜੇ ਵੀ ਮਾਡਲ ਦਾ ਦਿੰਦਾ ਸੀ ਉਹਦੇ ਐਂਡ ਕੰਜ਼ਿਊਮਰ ਤੱਕ ਉਹਨੂੰ ਡਿਲੀਵਰੀ ਦਿੰਨੇ ਆ ਫ੍ਰੀ ਹੋਮ ਡਿਲੀਵਰੀ ਦਿੰਨੇ ਆ ਅੱਛਾ ਅੱਛਾ ਆਮ ਤੌਰ ਤੇ ਇੰਜ ਹੁੰਦਾ ਹੈ ਕਿ ਇੱਕ ਫੈਕਟਰੀ ਹੈ ਉਹ ਡਿਸਪਲੇ ਤੇ ਹੁੰਦੇ ਨੇ ਲੇਕਿਨ ਉਹਦੀ ਜਿਹੜੀ ਮੈਨੂਫੈਕਚਰਿੰਗ ਹੁੰਦੀ ਹੈ ਉਹ ਕਿਸੇ ਹੋਰ ਜਗ੍ਹਾ ਤੇ ਹੁੰਦੀ ਹੈ ਲੇਕਿਨ ਤੁਹਾਡੇ ਫੈਕਟਰੀ ਦੇ ਵਿੱਚ ਆ ਕੇ ਅਸੀਂ ਵੇਖਿਆ ਹੈ ਕਿ ਇੱਕ ਛੋਟੇ ਜਿਹੇ ਕਾਬਲੇ ਤੋਂ ਲੈ ਕੇ ਤੇ ਇੱਕ ਸੀਟ ਤੱਕ ਹਰ ਚੀ ਜੀ ਅਲਹਮਦੁਲillah ਸਾਡਾ ਸਾਰਾ ਸਾਡੀਆਂ ਦੋ ਫੈਕਟਰੀਆਂ ਸਾਡੇ ਓਨਰ ਦੀਆਂ ਚਾਈਨਾ ਦੇ ਵਿੱਚ ਆ ਜਿੱਥੋਂ ਬਣਾਉਂਦੇ ਆ ਇੱਥੇ ਲਿਆ ਆ ਗਏ ਸੀ ਕੰਪਲੀਟ ਫਿਟ ਕਰਕੇ ਮਾਰਕੀਟ 'ਚ ਦੇ ਰਹੇ ਆ ਕਿਉਂਕਿ ਸਾਡੀ ਕਿਸੇ ਕੋਲ ਅਸੀਂ ਮਾਲ ਨਹੀਂ ਲੈ ਰਹੇ ਡਾਇਰੈਕਟ ਸਾਡੀ ਕੰਪਨੀ ਉੱਥੇ ਬਣਾਉਂਦੀ ਆ ਇੱਥੇ ਲਿਆ ਆ ਗਏ ਸੀ ਮਾਰਕੀਟ 'ਚ ਸੇਲ ਕਰਦੇ ਆ ਜਿਹਦੀ ਵਜ੍ਹਾ ਨਾਲ ਸਾਡੀ ਪ੍ਰਾਈਸ ਵੀ ਬਹੁਤ ਮناسب ਨੇ ਔਰ ਸਾਡੀ ਕੁਆਲਿਟੀ ਵੀ ਬਹੁਤ ਅੱਛੀ ਹੈ ਉਹ ਇੱਕ ਮੋਟਰਸਾਈਕਲ ਹੈ ਸਰ ਕਿੰਨੀਆਂ ਬੈਟਰੀਆਂ ਹੁੰਦੀਆਂ ਨੇ ਔਰ ਕਿੰਨੀ ਦੇਰ ਚਾਰਜ ਹੋ ਜਾਂਦਾ ਸਭ ਤੋਂ ਛੋਟੀ ਉਹ ਬੈਟਰੀ ਸਰ ਤੁਹਾਡੇ ਇਸਤੇਮਾਲ ਦੇ ਉੱਤੇ ਤੁਸੀਂ ਹੁਣ 1 ਘੰਟਾ ਉਦੀ ਜਾਰੀ ਗੱਲਾਂ 2-3 ਘੰਟਿਆਂ ਦੇ ਵਿੱਚ ਚਾਰਜ ਹੋ ਜਾਏਗੀ ਤੁਸੀਂ ਹੁਣ ਜ਼ੀਰੋ ਤੇ ਕਦੀ ਵੀ ਐਂਡ ਤੱਕ ਤੁਸੀਂ ਉਹਨੂੰ ਰੈੱਡ ਲਾਈਨ ਤੱਕ ਨਹੀਂ ਜਾਣਾ ਇਹ ਨਹੀਂ ਤੱਕ ਨਾ ਕਰ ਸਰ ਬਾਜ਼ਫਾ ਨਾਲ ਸੜਕਾਂ ਬੜੀਆਂ ਖਰਾਬ ਹੁੰਦੀਆਂ ਨੇ ਟੁੱਟੀਆਂ ਹੁੰਦੀਆਂ ਨੇ ਇਹ ਟੁੱਟੀਆਂ ਸੜਕ ਤੇ ਵੀ ਇਸ ਨੂੰ ਚਲਾਇਆ ਜਾ ਸਕਦਾ ਤੁਸੀਂ ਸਰ ਮੈਂ ਤੁਹਾਨੂੰ ਇੱਕ ਵੀਡੀਓ ਸ਼ੇਅਰ ਕਰਦਾ ਸੀ ਪਾਣੀ ਦੇ ਵਿੱਚ ਡੀਪ ਵਾਟਰ ਯਾਨੀ ਫੁੱਲ ਸਾਡੀ ਪਾਇਦਾਨ ਤੋਂ ਵੀ ਥੱਲੇ ਤੱਕ ਮੋਟਰ ਔਰ ਬੈਟਰੀਆਂ ਦੀ ਸਾਡੀ ਡੀਪ ਤੱਕ ਗਈ ਸੀ ਔਰ ਅਲਹਮਦੁਲਿਲਾ ਸਾਡੀ ਗੱਡੀ ਦੀ ਕੁਆਲਿਟੀ ਦਾ ਮੂੰਹ ਬੋਲਦਾ ਸਬੂਤ ਆ ਕੇ ਅਸੀਂ ਉਹ ਵੀਡੀਓ ਬਣਾ ਕੇ ਮਾਰਕੀਟ 'ਚ ਸ਼ੇਅਰ ਕੀਤੀ ਹੈ ਔਰ ਖੁਦ ਬਣਾ ਕੇ ਅਸੀਂ ਸਾਡੇ ਕਸਟਮਰ ਨੇ ਬਣਾਈ ਆ ਔਰ ਅਸੀਂ ਤੁਹਾਨੂੰ YouTube ਚੈਨਲ ਤੇ ਤੇ ਤੁਹਾਨੂੰ ਵੀ ਦੇ ਦਨੇ ਆ ਔਰ ਬਲਕੇ ਅਸੀਂ ਸ਼ੇਅਰ ਵੀ ਕੀਤੀ ਆ ਆਲਰੇਡੀ ਸਰ ਇੰਜ ਹੁੰਦਾ ਹੈ ਕਿ ਜਦੋਂ ਵੀ ਕੋਈ ਚੀਜ਼ ਪ੍ਰੋਡਕਟ ਲਾਂਚ ਹੁੰਦੀ ਹੈ ਨਾ ਉਹਦੇ ਇੱਕ ਸਪੈਸੀਫਿਕ ਟਾਰਗੇਟ ਹੁੰਦਾ ਕਿ ਇਹ ਮੇਰਾ ਜਿਹੜੀ ਟਾਰਗੇਟ ਆਡੀਅנס ਹੈ ਉਹ ਇਹ ਹੈ ਤੁਹਾਡਾ ਜਿਹੜਾ ਹੈ ਉਹ ਟਾਰਗੇਟ ਕੋਈ ਸਟੂਡੈਂਟ ਇਨ ਯੂਨੀਵਰਸਿਟੀ ਦੇ ਜਾਂ ਕਾਲਜਸ ਦੇ ਜਾਂ ਜਿਹੜੇ ਦਫਤਰ ਦੇ ਵਿੱਚ ਲੋਕ ਕੰਮ ਕਰਦੇ ਨੇ ਜਾਂ ਕੋਈ ਵੀ ਬੰਦਾ ਜਿਹੜਾ ਪੱਠੇ ढੁੰਦਾ ਉਹ ਵੀ ਇਸ ਨੂੰ ਇਸਤੇਮਾਲ ਕਰ ਸਕਦਾ ਇਸਤੇਮਾਲ ਜਿਹੜੀ ਇਹਦੀ ਰੇਂਜ ਆ ਉਸ ਹਿਸਾਬ ਦੇ ਨਾਲ ਹੁਣ ਦੇਖੋ ਤੁਹਾਡੇ ਵਰਗੀ ਸਿਹਤ ਔਰ ਤੁਸੀਂ ਨਾਲ ਕੋਈ ਪਿੱਛੇ ਪੱਠਿਆਂ ਦਾ ਤੁਹਾਨੂੰ ਰੱਖ ਵੀ ਲਓ ਤੇ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਜਦੋਂ ਜ਼ਿਆਦਾ ਵਜ਼ਨ ਪਾਓਗੇ ਨਾ ਇਹਦੀ ਰੇਂਜ ਕਮ ਹੋ ਜਾਏਗੀ ਚੱਲੇਗੀ ਨਹੀਂ ਉਹਨੇ ਅਗਰ ਤੁਹਾਡੀ 110 ਕਿਲੋਮੀਟਰ ਜਾਂ 120 ਕਿਲੋਮੀਟਰ ਆ ਉਹ ਥੱਲੇ ਆ ਜਾਏਗੀ ਡਾਊਨ ਹੋ ਜਾਏਗੀ ਜੀ ਜਿਹੜਾ ਵੀ ਕੋਈ ਦੋਸਤ ਕੰਟੈਕਟ ਕਰਨਾ ਚਾਹਵੇ ਡਿਲੀਵਰੀ ਲੈਣਾ ਚਾਹਵੇ ਆ ਡੋਰ ਟੂ ਡੋਰ ਸਿੰਗਲ ਵੀ ਲੈਣਾ ਚਾਹਵੇ ਅਸੀਂ ਸਾਡੀ ਕੰਪਨੀ ਦੇਵੇਗੀ ਬਲਕਿ ਅਗਰ ਕੋਈ ਡੀਲਰਸ਼ਿਪ ਲਈ ਵੀ ਕਵੇਗਾ رابطہ ਕਰੇਗਾ ਤੇ ਮੇਰਾ ਨੰਬਰ ਹੈ 0300863499 ਇਸ ਨੰਬਰ ਤੇ ਹੋਰ ਆਪ ਜੀ ਇਸ ਨੰਬਰ ਤੇ ਹੋਰ ਆਪਤਾ ਕਰ ਸਕਦੇ ਆ ਅਸੀਂ ਐਂਡ ਕੰਜ਼ਿਊਮਰ ਤੱਕ ਅਸੀਂ ਉਹਨੂੰ ਸਰਵਿਸ ਹੀ ਦਿੰਨੇ ਆ ਔਰ ਉਹਨੂੰ ਡਿਲੀਵਰੀ ਵੀ ਫ੍ਰੀ ਦਵਾਗੇ ਇਨਸ਼ਾਅੱਲਾ